ਕਵਿ ਦਾ ਕੀ ਕੀ ਬਨਨ ਨੂੰ ਜੀ ਕਰਦਾ ਹੈ ਕਵੀ ਦਾ ਬਿਰਖ ਅਤੇ ਨਦੀ ਬਨਨ ਨੂੰ ਜੀ ਕਰਦਾ ਹੈ ਕਵੀ ਬਿਰਖ ਬਣ ਕੇ ਕੀ ਕਰਨਾ ਲੋਚਦਾ ਹੈ ਕਵੀ ਬਿਰਖ ਬਣ ਕੇ ਸਭ ਨੂੰ ਠੰਡੀ ਛਾਂ ਦੇਣਾ ਪੰਛੀਆਂ ਦੇ ਆਲਣੇ ਸਜਾਉਣਾ ਹੜ੍ਹਾਂ ਦੇ ਪਾਣੀ ਨੂੰ ਰੋਕਣਾ ਅਤੇ ਬਦਲਾ ਨੂੰ ਸਦਕੇ ਮੀਂਹ ਪਾਉਣਾ ਚਾਹੁੰਦਾ ਹੈ ਬਦਲਾ ਨੂੰ ਸਦਕੇ ਮੀ ਪਵਾਉਣਾ ਚਾਹੁੰਦਾ ਹੈ ਕਵੀ ਨਦੀ ਬਣ ਕੇ ਕੀ ਕਰਨਾ ਚਾਹੁੰਦਾ ਹੈ ਕਵੀ ਨਦੀ ਬਣ ਕੇ ਤਰਤੀ ਪੰਛੀ ਅਤੇ ਮਨੁੱਖਾਂ ਦੀ ਪਿਆਸ 부ਝਾਉਣੀ ਅਤੇ ਬੰਜਰਾਂ ਵਿੱਚ ਹਰੀਆਵਲ ਕਰਨੀ ਚਾਹੁੰਦਾ ਹੈ ਅਤੇ ਬੰਜਰਾਂ ਵਿੱਚ ਹਰੀਆਵਲ ਕਰਨੀ ਚਾਹੁੰਦਾ ਹੈ ਨਦੀਆਂ ਦਾ ਪਾਣੀ ਮਨੁੱਖ ਲਈ ਕਿਵੇਂ ਲਾਭਦਾਇਕ ਹੈ ਨਦੀਆਂ ਦਾ ਪਾਣੀ ਮਨੁੱਖ ਦੀ ਪਿਆਸ 부ਜਾਉਂਦਾ ਹੈ ਤੇ ਫਸਲਾਂ ਪੈਦਾ ਕਰਦਾ ਹੈ ਹੇਠ ਲਿਖਿਆਂ 17 ਉਰੀਆ ਕਰੋ ਕਿਣ ਮੀਣ ਬਰਸੇ ਮੇਗਲਾ ਮੈਂ ਹੋਰ ਹਰਾ ਹੋ ਜਾਵਾਂ ਤਰਤੀ ਪੰਛੀ ਤੇ ਮਨਵ ਦੀ ਹਰ ਪਲ ਪਿਆਸ 부ਜਾਵਾਂ ਕਲਰ ਬੰਜਰਾ ਦੀ ਹਿਕ ਚੋ ਮੈਂ ਹਰੀਆਲੀ ਉਪਜਾਵਾਂ ओके ਸ਼ਬਦਾਂ ਦੇ ਅਰਥ ਬਿਰਖ ਰੁਖ ਜਾਂ ਦਰਖਤ ਹਰੀਆਵਲ ਹਰੀਆਲੀ ਜਾਂ ਹਰਾ ਪਰ ਕੋਮਲ ਨਾਜ਼ਕ ਜਾਂ ਨਰਮ ਜਾਂ ਮੁਲਾਇਮ ਮੇਗਲ ਬਦਲ ਨੀਰ ਪਾਣੀ ਜਾਂ ਜਲ ਗਰਾ ਪਿੰਡ ਮਾਨਵ ਮਨੁੱਖ ਬੰਜਰ ਅਣ ਉਪਜਾਊ ਧਰਤੀ कों वरतो वाकतो बिरख रुख यह बिरख बहुत वा है यह बिरख बहुत वाला है हरियावल हरा भरा दिसना बाग विच बहुत हरियावल है आलने पंछी का घर मैं रुख तलना देखिया कुदरत प्रकृति कुदरत बहुत सुंदर है ਕਿੰਮੇਣ ਬੂੰਦਾ ਬਾਂਦੀ ਕਿੰਮੇਣ ਲਗਾਤਾਰ ਹੋ ਰਹੀ ਹੈ ਪਿਆਸ ਤਰੇਹ ਨਦੀ ਜਨਮਨਾਦੀ ਪਿਆਸ 부ਝਾਉਂਦੀ ਹੈ ਮਹਿਕਾਉਣਾ ਖੁਸ਼ਬੂ ਨਾਲ ਪਰਨਾ ਫੁੱਲਾਂ ਨੇ ਅਲਦ ਵਾਲਾ ਮਹਿਕਾ ਦਿੱਤਾ ਫੁੱਲਾਂ ਨੇ ਅਲਦ ਵਾਲਾ ਮਹਿਕਾ ਦਿੱਤਾ ਪੜੋ ਸਮਝੋ ਤੇ ਠੀਕ ਮਿਲਾਨ ਕਰੋ ਮਿਰਖ ਛਾਂ ਪੰਛੀ ਆਲਣਾ ਬੱਦਲ ਵਰਖਾ ਨਦੀ ਪਾਣੀ ਇਕ ਪੂਦ੍ਰਿਸ਼ ਬਣਾਓ ਜਿਸ ਵਿੱਚ ਰੁੱਖ, ਨਦੀ ਅਤੇ ਬੱਦਲ ਦਿਖਾਏ ਗਏ ਹੋਣ ਇਸ ਵਿੱਚ ਸੋਨੇ ਰੰਗ ਵੀ ਭਰੋ